ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਵਿੰਦਰ। ਅੱਜ ਅਸੀਂ ਸਾਡੇ ਪ੍ਰੋਗਰਾਮ ਇੱਕ ਮੁਲਾਕਾਤ ਦੇ ਵਿੱਚ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਮਾਨਸਾ ਦੇ ਉੱਭਰਦੇ ਹੋਏ ਸੰਗੀਤਕਾਰ ਸੋਨੂ ਪ੍ਰੀਤ ਜੀ ਨੂੰ। ਸੋ ਆਓ ਆਪਾਂ ਸੋਨੂ ਪ੍ਰੀਤ ਜੀ ਨਾਲ ਮੁਲਾਕਾਤ ਕਰੀਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ। ਕਿਵੇਂ ਜੁੜੇ ਮਿਲ? ਜੋ ਮੇਰੇ ਮੰਮੀ ਜੀ ਨੇ ਉਹ ਐਕਚੁਅਲੀ ਸਤਸੰਗ ਵਗੈਰਾ ਚ ਗਾਉਂਦੇ ਨੇ ਤੇ ਉਹ ਮੈਨੂੰ, ਮੈਂ ਉਹਨਾਂ ਦੇ ਨਾਲ ਵਗ ਜਾਂਦਾ ਹੁੰਦਾ ਸੀ ਸਤਸੰਗ ਚ। ਠੀਕ ਹੈ ਜੀ। ਤੇ ਉੱਥੇ ਮੈਨੂੰ ਉਹਨਾਂ ਨੂੰ ਦੇਖ ਦੇਖ ਕੇ ਗਾਉਣ ਦਾ ਸ਼ੌਕ ਪੈ ਗਿਆ ਤੇ ਮੈਂ ਹੌਲੀ ਹੌਲੀ ਫਿਰ ਇਸ ਲਾਈਨ 'ਚ ਅੱਗੇ ਵੱਧਦਾ ਗਿਆ। ਦੋ ਤਿੰਨ ਟੀਚਰਾਂ ਤੋਂ ਵੀ ਮਤਲਬ ਮੈਂ ਸਿੱਖਿਆ ਲਿੱਤੀ ਇੱਥੇ, ਲਵਪ੍ਰੀਤ ਜੀ ਨੇ ਸਰ ਤੇ ਆਪਣੇ ਜੋਨੀ ਸਰ, ਇਹਨਾਂ ਤੋਂ ਮੈਂ ਸਿੱਖਿਆ ਲਿੱਤੀ ਜੀ। ਗਾਉਣ ਦੇ ਨਾਲ ਨਾਲ ਮਤਲਬ ਮਿਊਜ਼ਿਕ ਤਿਆਰ ਵੀ ਕਰਦੇ ਹੋ, ਜਿਹਦੇ ਵਾਸਤੇ ਤੁਸੀਂ ਕੋਈ ਆਪਣਾ ਸੈਟਅਪ ਲਾਇਆ ਹੋਇਆ? ਹਾਂਜੀ ਹਾਂਜੀ, ਐਕਚੁਅਲੀ ਇਹ ਪਹਿਲਾਂ ਮੈਂ ਸ਼ੁਰੂ ਤੋਂ ਜਿਹੜਾ ਮਤਲਬ ਸਟਾਰਟ ਕੀਤਾ ਸੀ ਉਹ ਘਰ ਤੋਂ ਹੀ ਸਟਾਰਟ ਕੀਤਾ ਸੀ, ਘਰੇ ਛੋਟਾ ਮੋਟਾ ਸੈਟਅਪ ਲਾਇਆ ਸੀਗਾ। ਠੀਕ ਹੈ। ਤੇ ਉਹ ਤੋਂ ਬਾਅਦ ਮੈਂ ਹੁਣ ਆਪਣੇ ਮੇਨ ਬਾਜ਼ਾਰ 'ਚ ਹੀ ਕੀਤਾ ਹੋਇਆ ਸਟੂਡੀਓ, ਸਟੂਡੀਓ ਦਾ ਨਾਮ ਪ੍ਰੀਤ ਬੋਇਜ਼ ਹੈ ਤੇ ਉੱਥੇ ਮੈਂ ਆਪਣਾ ਸਾਰਾ ਕੰਮ ਹੈ ਜਿਹੜਾ ਸਟੂਡੀਓ ਦਾ ਉੱਥੇ ਹੀ ਕਰਦਾ। ਸਾਡੇ ਨਾਲ ਸਰੋਤਿਆਂ ਨੂੰ ਤੁਸੀਂ ਇੱਕ ਵਧੀਆ ਜਿਹਾ ਗੀਤ ਸੁਣਾਓ। तेरे पैरों से लिपटे तूने जब आखिरी खत मेरा जला निकाले होंगे, देने वाला भी तुझे याद तो आया होगा। उतरना भी जरूरी था, मोहब्बत भी जरूरी थी, बिछड़ना भी जरूरी था। जरूरी था कि हम दोनों तवाफे आरजू करते, मगर फिर आरजू का बिखरना भी जरूरी था। मोहब्बत भी जरूरी थी, बिछड़ना भी जरूरी था। बताओ याद है तुमको वो जब दिल को चुराया था, चुराई चीज को घर बनाया था। वो जब कहते थे मेरा नाम तुम तस्वीर में पढ़ते हो, मोहब्बत की नवाजों को दगा करने से डरते हो, मगर अब याद आता है वो बातें थी महज बातें, मगर बातों ही बातों में उतरना भी जरूरी था। मोहब्बत भी जरूरी थी, बिछड़ना भी जरूरी था। ਜੋ ਗੀਤ ਸੁਣਿਆ ਹਿੰਦੀ ਦੇ ਵਿੱਚ ਬਹੁਤ ਵਧੀਆ ਸੌਂਗ ਸੀ, ਬਹੁਤ ਵਧੀਆ, ਪਰ ਮੇਰਾ ਤੁਹਾਨੂੰ ਸਵਾਲ ਇਹ ਸੀ ਵੀ ਆਪਾਂ ਬੈਠੇ ਅੱਜ ਪੰਜਾਬ ਦੇ ਵਿੱਚ ਆਂਗੇ, ਮਤਲਬ ਜਿਹੜੇ ਤੁਹਾਡੇ ਕੋਲੇ ਕਸਟਮਰ ਆਉਣਗੇ ਆਉਂਦੇ ਨੇ ਉਹ ਤਕਰੀਬਨ ਪੰਜਾਬੀ ਹੋਣੇ? ਹਾਂਜੀ, ਉਹ ਤਕਰੀਬਨ ਆਲਮੋਸਟ ਪੰਜਾਬੀ ਹੁੰਦੇ ਆ, ਹਿੰਦੀ ਦਾ ਕੋਈ ਟਾਵਾਂ ਟੱਲਾ ਹੀ ਆਉਂਦਾ ਆਪਣੇ ਕੋਲੇ। ਠੀਕ ਹੈ। ਤੇ ਪੰਜਾਬੀ ਆਪਣਾ ਜਿਹੜਾ ਵੀ ਆਉਂਦਾ ਕੋਈ ਕਲਾਇੰਟ ਵਗੈਰਾ
ਸਾਰੇ ਪੰਜਾਬੀ ਚ ਹੀ ਮਤਲਬ ਤਿਆਰ ਕਰਾਉਂਦੇ ਨੇ ਆਪਣੇ ਤੋਂ ਮਿਊਜ਼ਿਕ। ਅੱਛਾ। ਮੈਂ ਮਤਲਬ ਏਦਾਂ ਨਹੀਂ ਹੈਗਾ ਕਿ ਮੈਂ ਹਿੰਦੀ ਗਾਉਂਦਾ ਤਾਂ ਪੰਜਾਬੀ ਮਤਲਬ ਨਾਲ ਸੰਬੰਧ ਨਹੀਂ ਰੱਖਦਾ। ਮੈਂ ਪੰਜਾਬੀ ਵੀ ਗਾ ਲੈਂਦਾ ਪਰ ਮੈਂ ਉਹ ਸ਼ੌਂਕ ਜ਼ਿਆਦਾ ਹਿੰਦੀ ਦਾ ਹੀ ਰੱਖਦਾ। ਮੈਂ ਤੁਹਾਨੂੰ ਇੱਕ ਗੀਤ ਪੰਜਾਬੀ ਚ ਸੁਣਾਉਂਦਾ। ਹੋਲਾਵਾ ਇਸ਼ਕੇ ਦੇ ਅੰਬਰੀ ਉਡਾਰੀਆਂ, ਮੈਨੂੰ ਪਿਆਰ ਦੀਆਂ ਚੜੀਆਂ ਹੁਮਾਰੀਆਂ। ਹੋਲਾਵਾ ਇਸ਼ਕੇ ਦੇ ਅੰਬਰੀ ਉਡਾਰੀਆਂ, ਮੈਨੂੰ ਪਿਆਰ ਦੀਆਂ ਚੜੀਆਂ ਹੁਮਾਰੀਆਂ। ਮੈਨੂੰ ਪਿਆਰ ਦੀਆਂ ਚੜੀਆਂ ਹੁਮਾਰੀਆਂ, ਮੇਰੇ ਪੈਰ ਨਾ ਜ਼ਮੀਨ ਉੱਤੇ ਲੱਗਦੇ, ਪੈਰ ਨਾ ਜ਼ਮੀਨ ਉੱਤੇ ਲੱਗਦੇ, ਲੱਖਾਂ ਚਸ਼ਮੇ ਮੁਹੱਬਤਾਂ ਦੇ ਵਗਦੇ, ਰਾਤੀ ਮਿੱਠੇ ਮਿੱਠੇ ਸੁਪਨੇ ਵੀ ਠੱਗਦੇ। ਨਾ ਗੱਲ ਮੇਰੇ ਬਸ ਦੀ ਰਹੀ, ਨਾ ਗੱਲ ਮੇਰੇ ਬਸ ਦੀ ਰਹੀ, ਉਹਨੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ, ਐਸੀਆਂ ਨਿਗਾਹਾਂ ਮੈਨੂੰ ਤੱਕਿਆ, ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸਕਿਆ, ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ। ਨਾ ਗੱਲ ਮੇਰੇ ਬਸ ਦੀ ਰਹੀ, ਨਾ ਗੱਲ ਮੇਰੇ ਬਸ ਦੀ ਰਹੀ। ਜੀ ਜੀ, ਸਾਰੇ ਨਾਲ ਪਹਿਲਾ ਪ੍ਰੋਜੈਕਟ ਸੀਗਾ ਜਿਹੜਾ ਮੇਰਾ, ਉਹ ਸੀਗਾ ਮੁਸ਼ਕਿਲਾਂ ਦਾ ਹੱਲ। ਅਤੇ ਉਸ ਤੋਂ ਬਾਅਦ ਵੀ ਕਈ ਪ੍ਰੋਜੈਕਟ ਕੀਤੇ, ਕਵਰ ਸੌਂਗਸ ਵੀ ਕੀਤੇ, ਅਤੇ ਹੁਣੇ ਰੀਸੈਂਟਲੀ ਆਪਣੇ ਪ੍ਰੋਜੈਕਟ ਆਏ ਨੇ। ਆਪਣਾ ਪ੍ਰੋਜੈਕਟ ਆਇਆ ਸੀ ਜਿਹੜਾ ਆਪਾਂ ਟ੍ਰਿਬਿਊਟ ਕੀਤਾ ਸੀ ਸਾਡੇ ਵੀਰ ਸਿੱਧੂ ਮੂਸੇਵਾਲਾ ਨੂੰ, ਅਤੇ ਜਿਹਨੂੰ ਗਾਇਆ ਆਪਣੇ ਵੀਰ ਮਨਿੰਦਰ ਮਾਨ ਨੇ ਗਾਇਆ, ਅਤੇ ਲਿਖਿਆ ਆਪਣਾ ਬਿੱਟੂ ਮੌੜ ਨੇ, ਅਤੇ ਭੈਣੀ ਬਾਗਾ ਪ੍ਰੋਡਕਸ਼ਨ ਤੋਂ ਉਹ ਰਿਲੀਜ਼ ਹੋਇਆ ਨਾ ਆਪੀ, ਅਤੇ ਇਹਨਾਂ ਕੰਪਨੀ ਨਾਲ ਆਪਣੇ ਹੋਰ ਵੀ ਪ੍ਰੋਜੈਕਟ ਪਾਏ। ਤੁਹਾਨੂੰ ਸਾਡਾ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਔਰ ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ।